ਹੈਲੋ ਐਵਰੀਬਡੀ, ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਐਂਡ ਹਾਂਜੀ, ਅੱਜ ਅਸੀਂ ਜਿਹੜਾ ਸਾਡਾ ਅੱਜ ਵਾਲਾ ਕੁਐਸਚਨ ਆ, ਇਹਨੂੰ ਐਕਚੁਲੀ ਸਾਨੂੰ ਮੈਸੇਜ ਕੀਤਾ ਸੀ ਕਿਸੇ ਨੇ। ਸੋ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਮੇਰਾ ਬੱਚਾ 6-7 ਸਾਲ ਦਾ ਵਾ, ਐਂਡ ਜਿਹੜਾ ਮੇਰਾ 6-7 ਸਾਲ ਦਾ ਬੱਚਾ ਵਾ, ਉਹ ਜਦੋਂ ਵੀ ਕਿਤੇ ਜਾਣਾ ਹੋਵੇ, ਅਸੀਂ ਜਾਂ ਪਾਰਟੀ 'ਤੇ ਜਾਣਾ ਹੋਵੇ ਜਾਂ ਅਸੀਂ ਕਿਤੇ ਘਰ ਕਿਤੇ ਦੇ ਘਰੋਂ, ਉਹਨੂੰ ਆਉਣਾ ਬੜਾ ਔਖਾ ਲੱਗਦਾ। ਉਹਨੂੰ ਬੜਾ ਔਖਾ ਲੱਗਦਾ ਗਾ ਕਿ ਉਹ ਘਰੋਂ ਜਾਵੇ, ਅਤੇ ਆਉਣ ਵੇਲੇ ਉਹ ਬਹੁਤ ਔਖਾ ਕਰਦਾ ਵਾ, ਅਤੇ ਜਦੋਂ ਘਰੋਂ ਵੀ ਜਾਣਾ ਹੁੰਦਾ ਉਹਨੂੰ ਔਖਾ ਲੱਗਦਾ। ਸੋ ਹਾਂਜੀ, ਸੋ ਪਹਿਲਾਂ ਤਾਂ ਤੁਸੀਂ ਦੇਖਣਾ ਵਾ ਕਿ ਅਕਸਰ ਜਦੋਂ ਅਸੀਂ ਇੱਕ ਬੱਚੇ ਦੀ ਦਿਮਾਗੀ ਲੈਵਲ 'ਤੇ ਅਸੀਂ ਉਹਦਾ ਟ੍ਰਾਂਜ਼ੀਸ਼ਨ ਨਹੀਂ ਦੇਖਦੇ। ਸੋ ਇੱਕ ਬੱਚੇ ਨੂੰ ਮਾਨਸਿਕ ਤੌਰ 'ਤੇ, ਕਈ ਬੱਚੇ ਸੈਂਸਿਟਿਵ ਜ਼ਿਆਦਾ ਹੁੰਦੇ ਹਨ, ਕਈ ਥੋੜ੍ਹੇ ਜਿਹੇ ਨਹੀਂ ਹੁੰਦੇ ਕਿ ਉਹ ਛੇਤੀ ਸਵਿੱਚ ਕਰ ਲੈਂਦੇ ਆ, ਪਰ ਕਈਆਂ ਲਈ ਇਹ ਜਿਹੜੀ ਸਵਿੱਚ ਹੈ ਔਖੀ ਹੁੰਦੀ ਆ। ਸੋ ਬੇਸਿਕਲੀ ਜਦੋਂ ਬੱਚੇ ਨੇ ਇੱਕ ਮਾਨਸਿਕ ਅਵਸਥਾ ਤੋਂ ਦੂਸਰੀ 'ਤੇ ਜਾਣਾ, ਲੈਸੇ ਤੁਸੀਂ ਕਿਸੇ ਘਰ ਪਾਰਟੀ ਦੇ ਵਾਸਤੇ ਤਿਆਰ ਹੋ ਰਹੇ ਹੋ ਜਾਂ ਕਿਸੇ ਪ੍ਰੋਗਰਾਮ ਵਾਸਤੇ ਜਾਂ ਉਹਦੇ ਕਜ਼ਨ ਦੇ ਘਰ ਜਾਣ ਵਾਸਤੇ ਤਿਆਰ ਹੋ ਰਹੇ ਹੋ, ਸੋ ਜਦੋਂ ਉਹਨੇ ਉੱਥੇ ਜਾਣਾ ਵਾ, ਉਹਦੇ ਵਿੱਚ ਦੋ ਸਟੇਟਸ ਹੁੰਦੀਆਂ, ਦੋ ਮਾਨਸਿਕ ਸਥਿਤੀਆਂ ਵਾ। ਸੋ ਬੇਸਿਕਲੀ ਉਹਨੂੰ ਲਿਜਾਣਾ ਔਖਾ ਲੱਗਦਾ, ਕਿਉਂ? ਕਿਉਂਕਿ ਆਪਦੇ ਘਰ ਦੇ ਵਿੱਚ ਖੇਡ ਰਿਹਾ, ਆਪਦੇ ਉਹ ਕੰਫਰਟ ਜ਼ੋਨ ਦੇ ਵਿੱਚ ਬੈਠਾ, ਐਂਡ ਜਦੋਂ ਤੁਸੀਂ ਉਹਨੂੰ ਲਿਜਾਣ ਲੱਗਦੇ ਹੋ ਉਹ ਰੋਂਦਾ ਵਾ। ਸੋ ਬੇਸਿਕਲੀ ਜਿਹੜੀ ਤੁਹਾਡੇ ਬੱਚੇ ਦਾ ਟੈਂਪਰਮੈਂਟ, ਇਹ ਲੱਗਦਾ ਗਾ ਕਿ ਉਹਨੂੰ ਇੱਕ ਮਾਨਸਿਕ ਸਥਿਤੀ 'ਚੋਂ ਉਹ ਬਹੁਤ ਜ਼ਿਆਦਾ ਖੁੱਭ ਜਾਂਦਾ ਕੋਈ ਕੰਮ ਕਰਨ ਵੇਲੇ, ਜਾਂ ਜਿਵੇਂ ਘਰ ਦੇ ਵਿੱਚ ਆ ਉਹ ਬਹੁਤ ਜ਼ਿਆਦਾ ਜਿਵੇਂ ਕੋਈ ਖੇਡਦਾ ਵਾ ਜਾਂ ਕਿਤੇ ਵੀ, ਉੱਥੇ ਖੁੱਭ ਜਾਂਦਾ, ਐਂਡ ਜਦੋਂ ਤੁਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹੋ ਵੀ ਆਪਾਂ ਕਿਤੇ ਜਾਣਾ ਵਾ, ਫਿਰ ਉਹਨੂੰ ਗੁੱਸਾ ਚੜ੍ਹਦਾ, ਫਰਸਟ੍ਰੇਟ ਹੁੰਦਾ, ਉਹ ਚੀਚ ਲਾ ਕੇ ਮਾਰਦਾ ਵਾ। ਸੋ ਬੇਸਿਕਲੀ ਤੁਹਾਡੇ ਬੱਚੇ ਦਾ ਇਹ ਟੈਂਪਰਮੈਂਟ ਆ ਕਿ ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਟ੍ਰਾਂਜ਼ੀਸ਼ਨ ਕਰਨ ਵਾਸਤੇ, ਮਾਨਸਿਕ ਟ੍ਰਾਂਜ਼ੀਸ਼ਨ ਕਰਨ ਵਾਸਤੇ ਉਹਨੂੰ ਟਾਈਮ ਲੱਗਦਾ। ਸੋ ਪਹਿਲਾਂ ਤਾਂ ਇੱਕ ਬੱਚੇ ਦਾ ਟੈਂਪਰਮੈਂਟ ਇਸ ਦੇਖੋ ਕਿ ਜਦੋਂ ਅਸੀਂ ਕਈ ਵਾਰ ਐਜ਼ ਅ ਪੇਰੈਂਟ ਨਾ, ਬਿਕੋਜ਼ ਅਸੀਂ ਇੱਕ ਮਾਨਸਿਕ ਡਿਵੈਲਪਮੈਂਟ ਤੋਂ ਨਹੀਂ ਬੱਚਾ ਸ਼ੁਰੂ ਤੋਂ ਪਾਲਦੇ, ਐਂਡ ਸਾਰ ਬ੍ਰੇਨ ਡਿਵੈਲਪਮੈਂਟ ਬੱਚੇ ਤੋਂ ਨਹੀਂ ਸ਼ੁਰੂ ਤੋਂ ਪਾਲਦੇ। ਸੋ ਜਦੋਂ ਤੁਸੀਂ ਇੱਕ ਚੀਜ਼ ਤੋਂ ਦੂਸਰੀ ਚੀਜ਼ 'ਤੇ ਜਾਣਾ, ਇਹ ਯਾਦ ਰੱਖੋ ਕਿ ਮੇਰਾ ਬੱਚਾ ਹੋ ਸਕਦਾ ਟੈਂਪਰਮੈਂਟ ਉਹਦਾ ਇੱਕ ਚੀਜ਼ ਤੋਂ ਦੂਜੀ ਚੀਜ਼ 'ਤੇ ਸ਼ਿਫਟ ਜਾਂ ਸਵਿੱਚ ਕਰਨਾ ਉਹਦੇ ਲਈ ਇੰਨਾ ਸੌਖਾ ਨਾ ਹੋਵੇ। ਇਹ ਹਰ ਬੱਚੇ ਲਈ ਸੇਮ ਨਹੀਂ ਹੁੰਦਾ ਗਾ, ਕਈ ਬੱਚੇ ਬਹੁਤ ਛੇਤੀ ਸਵਿੱਚ ਕਰ ਲੈਂਦੇ, ਕਈ ਬੱਚਿਆਂ ਲਈ ਬਹੁਤ। ਸੋ ਜਦੋਂ ਤੁਸੀਂ ਫੋਰ ਐਗਜ਼ਾਮਪਲ ਇੱਕ ਬੱਚਾ ਟੀ ਵੀ ਦੇਖ ਰਿਹਾ ਵਾ, ਯੂਨੋ, ਜਾਂ ਇੱਕ ਬੱਚਾ ਬਾਹਰ ਪਾਰਕ 'ਚ ਜਾ ਰਿਹਾ, ਤਾਂ ਤੁਸੀਂ ਉਹਨੂੰ ਕਹਿੰਦੇ ਕਿ ਹੁਣ ਆਪਾਂ ਘਰ ਜਾਣਾ ਵਾ, ਜਾਂ ਟੀ ਵੀ ਦੇਖ ਰਿਹਾ, ਆਪਾਂ ਕਹਿੰਦੇ ਕਿ ਹੁਣ ਆਪਾਂ ਫੂਡ ਖਾਣਾ ਵਾ, ਉਹਦੇ ਲਈ ਇਹ ਸਵਿੱਚ ਕਰਨਾ ਬਹੁਤ ਔਖਾ ਹੁੰਦਾ ਵਾ। ਜਿਹੜੀ ਇਹ ਬੱਚੇ ਦੀ ਪਰਸਨੈਲਿਟੀ, ਮੈਨੂੰ ਲੱਗਦਾ ਟੈਂਪਰਮੈਂਟ ਆ, ਜਿਹੜਾ ਆਹ ਸਿਚੁਏਸ਼ਨ ਡਿਸਕ੍ਰਾਈਬ ਕੀਤੀ ਵੀ ਆ। ਸੋ ਪਹਿਲਾਂ ਤਾਂ ਇਹ ਧਿਆਨ ਨਾਲ ਦੇਖੋ ਕਿ ਜਿਹੜੀ, ਹਾਂਜੀ, ਆਵਾਜ਼ ਸਲੋ ਆ ਰਹੀ ਹੈ ਮੇਰੀ, ਸੋਰੀ। ਹੈਲੋ, ਹੁਣ ਮੇਰੀ ਆਵਾਜ਼ ਠੀਕ ਆ ਰਹੀ ਹੈ? ਅਸ਼ਲੀ, ਪਲੀਜ਼ ਮੈਸੇਜ ਕਰਕੇ ਦੱਸਿਓ, ਮੈਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਮੇਰੀ ਆਵਾਜ਼ ਸਲੋ ਆ ਰਹੀ ਹੈ। ਸੋ ਹਾਂਜੀ, ਕੋਸ਼ਿਸ਼ ਮੈਂ ਕਰੂੰਗੀ। ਸੋ ਪਲੀਜ਼ ਮੈਸੇਜ, ਸੋ ਜਦੋਂ ਵੀ ਤੁਹਾਨੂੰ ਕੋਈ ਟੈਕਨੀਕਲ ਡਿਫੀਕਲਟੀ ਦਿਖਦੀ ਹੈ, ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਦਿਆ ਕਰੋ ਕਿ ਆਵਾਜ਼ ਲੋ ਆ ਰਹੀ ਹੈ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ। ਸੋ ਯੂਨੋ, ਆਪਾਂ ਨੂੰ ਡਿਫੈਕਟ ਛੇਤੀ ਪਤਾ ਲੱਗ ਜੇ ਅਤੇ, ਹਾਂਜੀ, ਥੈਂਕ ਯੂ। ਸੋ ਬੇਸਿਕਲੀ, ਸੋ ਅਸੀਂ ਦੇਖਣਾ ਕਿ ਜਦੋਂ ਅਸੀਂ ਬੱਚੇ ਨੂੰ ਬਹੁਤ ਜ਼ਿਆਦਾ ਡਾਇਰੈਕਸ਼ਨ ਦੇ ਦਿੰਦੇ ਹਾਂ, ਹੁਣ ਟੀ ਵੀ ਵੇਖ ਲਿਆ, ਟੀ ਵੀ ਉੱਠ ਕੇ ਤੂੰ ਫੂਡ ਖਾ ਲਿਆ, ਹੁਣ ਤੂੰ ਬਾਤ ਕਰ ਲਾ, ਹੁਣ ਤੂੰ ਬਾਤ ਕਰ ਲਿਆ, ਹੁਣ ਛੇਤੀ ਦੇ ਰਿਲੇਟਡ। ਤੁਹਾਨੂੰ ਦੇਖਣਾ ਪੈਣਾ ਕਿ ਜਿੰਨੀ ਛੇਤੀ ਤੁਹਾਡਾ ਜਿਹੜਾ ਡਾਇਰੈਕਸ਼ਨ ਆ ਇੱਕ ਚੀਜ਼ ਤੋਂ ਦੂਜੀ ਚੀਜ਼ 'ਤੇ, ਓਨੀ ਛੇਤੀ ਤੁਹਾਡੇ ਬੱਚੇ ਦਾ ਦਿਮਾਗ ਨਹੀਂ ਉਹ ਚੀਜ਼ ਨੂੰ ਅਡੈਪਟ ਕਰਦਾ ਗਾ ਜਿਹੜੀ ਆਹ ਸੀ। ਸੋ ਪਹਿਲਾਂ ਦੇਖਣਾ ਕਿ ਜਦੋਂ ਮੈਂ ਡਾਇਰੈਕਸ਼ਨ ਦਿੰਦਾ ਵਾਂ ਉਦੋਂ, ਸੋ ਇੱਕ ਤਾਂ ਇਹ ਹੈ ਕਿ ਜਦੋਂ 6-7 ਸਾਲ ਦੀ ਬੱਚੇ ਦੀ ਨਾ ਉਹਦੀ ਅਟੋਨਮੀ ਆਉਂਦੀ ਹੈ, ਉਹ ਆਪ ਇੰਡੀਪੈਂਡੈਂਟ ਬਣਨਾ ਚਾਹੁੰਦਾ। ਸੋ ਹੋ ਸਕਦਾ ਕਿ ਜਦੋਂ ਤੁਸੀਂ ਟੂ ਮੈਨੀ ਡਾਇਰੈਕਸ਼ਨ ਦਿੰਦੇ ਹੋ, ਉਹਨੂੰ ਮਹਿਸੂਸ ਹੁੰਦਾ ਵੀ ਇੱਕ ਬੰਦਾ ਵਾ ਉਹ ਮੈਨੂੰ ਕਹਿ, ਤੁਸੀਂ ਦੇਖੋ ਕਿ ਇੱਕ ਜਾਣਾ ਵਾ ਤੁਹਾਨੂੰ ਕਹਿ ਰਿਹਾ ਆਹ ਕਰ ਲਾ, ਆਹ ਕਰ ਲਾ, ਆਹ ਕਰ ਲਾ, ਆਹ ਕਰ ਲਾ,
ਐਕਚੁਅਲੀ ਤੁਹਾਨੂੰ ਇਹ ਦਿੰਦਾ ਕਿ ਮੈਂ ਇੰਡੀਪੈਂਡੈਂਟ, ਮੇਰੀ ਪਾਵਰ ਕਿੱਥੇ ਆ, ਮੈਂ ਪਾਵਰਲੈਸ ਫੀਲ ਕਰਦਾ ਵਾਂ, ਮੈਨੂੰ ਮਹਿਸੂਸ ਹੁੰਦਾ ਵੀ ਮੈਂ ਪਾਵਰਲੈਸ ਹਾਂ, ਮੈਂ ਸਿਰਫ ਜੇ ਮੈਨੂੰ ਇਹ ਜਾਣੇ ਕਹਿੰਦੇ ਆਹ ਕਰ ਲਾ ਆਹ ਕਰ ਲਾ, ਇੱਦਾਂ ਜਿਹੜਾ ਆਹ ਬੱਚੇ ਦਾ ਟੈਂਪਰਮੈਂਟ ਆ ਉਹ ਨਹੀਂ, ਮੈਨੂੰ ਲੱਗਦਾ ਇੱਦਾਂ ਨਹੀਂ ਵਰਕ ਕਰ ਰਿਹਾ, ਅਤੇ ਉਹਨੂੰ ਪ੍ਰੋਬਲਮ ਆ ਰਹੀ ਆ ਬਿਕੋਜ਼ ਤੁਸੀਂ ਟੂ ਮੈਨੀ ਡਾਇਰੈਕਸ਼ਨਸ ਉਹਨੂੰ ਮਿਲ ਰਹੀਆਂ, ਬਹੁਤ ਘੱਟ ਟਾਈਮ ਉਹਨੂੰ ਦੇ ਮਿਲ ਰਿਹਾ ਵਾ ਪ੍ਰੋਸੈਸ ਇਨਫੋਰਮੇਸ਼ਨ ਕਰਨ ਵਾਸਤੇ, ਘੱਟ ਟਾਈਮ ਮਿਲ ਰਿਹਾ ਉਹਨੂੰ ਅਡੈਪਟ ਕਰਨ ਵਾਸਤੇ ਇੱਕ ਸਿਚੁਏਸ਼ਨ ਤੋਂ ਦੂਜੀ ਕਰਨ ਵਾਸਤੇ ਟ੍ਰਾਂਜੈਕਸ਼ਨ, ਉਹ ਘੱਟ ਮਿਲ ਰਿਹਾ। ਸੋ ਪਹਿਲਾਂ ਤਾਂ ਆਪਦੇ ਆਪ 'ਚ ਮੈਂ ਤੁਹਾਨੂੰ ਪ੍ਰੈਕਟੀਕਲ ਸਲਿਊਸ਼ਨ ਵੀ ਇਹਦਾ ਦਊਂਗੀ ਕਿ ਜਦੋਂ ਤੁਹਾਨੂੰ ਲੱਗਦਾ ਕਿ ਮੇਰੇ ਬੱਚੇ ਨੂੰ, ਪਹਿਲਾਂ ਤਾਂ ਆਪਦੀ ਮਾਨਸਿਕ ਸਥਿਤੀ ਦੇਖੋ ਕਿ ਜਦੋਂ ਮੈਨੂੰ ਲੱਗਦਾ ਕਿ ਮੇਰਾ ਬੱਚਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਔਖ ਅਤੇ ਔਖ ਰਹਿੰਦਾ, ਚਾਹੇ ਘਰ ਵਾਪਸ ਜਾਣਾ ਹੋਵੇ, ਚਾਹੇ ਪਾਰਟੀ 'ਤੇ ਜਾਣਾ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਨ ਵਾਸਤੇ ਉਹਨੂੰ ਔਖ ਲੱਗਦੀ, ਜਦੋਂ ਤੁਹਾਨੂੰ ਲੱਗਦਾ ਕਿ ਮੇਰੇ ਬੱਚੇ ਨੂੰ ਔਖ ਲੱਗਦੀ ਆ, ਇਹਦਾ ਮਤਲਬ ਹੈ ਕਿ ਉਹ ਜਦੋਂ ਡਾਇਰੈਕਸ਼ਨਸ ਬਹੁਤ ਜ਼ਿਆਦਾ ਹੋ ਜਾਂਦੀਆਂ, ਜਦੋਂ ਡਾਇਰੈਕਸ਼ਨਸ ਬਹੁਤ ਜ਼ਿਆਦਾ ਹੋ ਜਾਂਦੀਆਂ ਬੱਚੇ ਨੂੰ, ਉਹ ਸੁਣਨਾ ਬੰਦ ਕਰ ਦਿੰਦੇ ਆ, ਉਹ ਟਿਊਨ ਆਊਟ ਹੋ ਜਾਂਦੇ ਆ, ਉਹ ਨਹੀਂ ਸੁਣਨ ਲੱਗਦੇ। ਸੋ ਪਹਿਲਾਂ ਤਾਂ ਆਪਣੀ ਡਾਇਰੈਕਸ਼ਨ 'ਤੇ ਧਿਆਨ ਦੇਵੋ, ਕਿਉਂਕਿ ਜਦੋਂ ਕੋਈ ਤੁਹਾਨੂੰ ਡਾਇਰੈਕਸ਼ਨ ਦਿੰਦਾ ਵਾ ਇਹਦਾ ਮਹਿਸੂਸ ਤੁਹਾਡਾ ਬੱਚਾ ਇਹ ਕਰਦਾ ਵਾ, ਸਪੈਸ਼ਲੀ 6-7 ਸਾਲ ਦੀ ਏਜ ਦੇ ਵਿੱਚ ਡਿਵੈਲਪਮੈਂਟ ਦੇ ਹਿਸਾਬ ਨਾਲ ਉਹ ਮਹਿਸੂਸ ਇਹ ਕਰਦਾ ਵਾ ਕਿ ਇੱਕ ਬੰਦਾ ਪਾਵਰਫੁੱਲ ਆ ਅਤੇ ਮੈਂ ਇੱਕ ਪਾਵਰਲੈਸ ਹਾਂ, ਅਤੇ ਇਹ ਬੰਦੇ ਕੋਲ ਸਾਰੀ ਪਾਵਰ ਆ, ਮੇਰੇ ਕੋਲ ਜ਼ੀਰੋ। ਸੋ ਜੇ ਆਪਦੇ ਬੱਚੇ ਨੂੰ ਤੁਸੀਂ ਇੰਪਾਵਰ ਫੀਲ ਕਰਨਾ, ਤੁਸੀਂ ਆ ਉਸਨੂੰ ਵੀ ਥੋੜ੍ਹੀ ਜਿਹੀ ਪਾਵਰ ਦਿਓ, ਉਹਨੂੰ ਇੱਕ ਅਲੂਜਨ ਹੀ ਦਿਓ ਕਿ ਉਹਦੇ ਕੋਲ ਪਾਵਰ ਹੈ। ਫੋਰ ਐਗਜ਼ਾਮਪਲ, ਜਦੋਂ ਤੁਸੀਂ ਕਿਤੇ ਜਾਣਾ ਵਾ, ਪਹਿਲਾਂ ਤਾਂ ਆਪਦੀ ਮਾਨਸਿਕ ਸਥਿਤੀ ਸਥਿਤ ਕਰੋ, ਇਹ ਵੀ ਆਪਦੇ ਦਿਮਾਗ ਦੀ ਜਿਹੜਾ ਨੈਰੇਟਿਵ ਚੇਂਜ ਕਰੋ ਕਿ ਮੇਰਾ ਬੱਚਾ ਇੱਕ ਮਾਨਸਿਕ ਸਥਿਤੀ ਇੱਕ ਸਿਚੁਏਸ਼ਨ 'ਚੋਂ ਦੂਜੀ ਸਿਚੁਏਸ਼ਨ 'ਚ ਜਾ ਰਿਹਾ, ਐਂਡ ਇਹ ਉਹਦੇ ਲਈ ਔਖਾ ਵਾ, ਇਹ ਕਿਉਂਕਿ ਉਹ ਥੋੜ੍ਹਾ ਜਿਹਾ ਹਰ ਕੰਮ 'ਚ ਹਰ ਚੀਜ਼ 'ਚ ਖੁੱਭ ਜਾਂਦਾ, ਇੱਕ ਥਾਂ ਤੋਂ ਦੂਸਰੇ ਥਾਂ 'ਤੇ ਜਾਣਾ ਉਹਦੇ ਲਈ ਔਖਾ ਲੱਗਦਾ। ਸੋ ਪਹਿਲਾਂ ਤਾਂ ਇਹ ਨੈਰੇਟਿਵ ਬਣਾਵੋ ਕਿ ਮੇਰੇ ਬੱਚਾ ਬੁਰਾ ਬੱਚਾ ਨਹੀਂ ਹੈਗਾ, ਉਹਨੂੰ ਦਿਮਾਗ ਦੇ ਤੌਰ 'ਤੇ ਔਖਿਆਈ ਆ ਰਹੀ ਆ, ਕੋਈ ਉਹ ਤੁਹਾਡੀ ਲਾਈਫ ਬੁਰੀ ਔਖੀ ਨਹੀਂ ਕਰਨਾ ਚਾਹੁੰਦਾ, ਉਹਨੂੰ ਦਿਮਾਗੀ ਤੌਰ 'ਤੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣ ਦੀ ਪ੍ਰੋਬਲਮ ਆ ਰਹੀ ਆ। ਸੋ ਦੈਟਸ ਨੰਬਰ 1। 2, ਜਦੋਂ ਡਾਇਰੈਕਸ਼ਨਸ ਘੱਟ ਕਰੋ ਅਤੇ ਆਪਦੇ ਬੱਚੇ ਨੂੰ ਚੋਇਸਿਸ ਦਿਵੋ। ਫੋਰ ਐਗਜ਼ਾਮਪਲ, ਜੇ ਤੁਸੀਂ ਕਹਿੰਦਾ ਕਿ ਪਾਰਟੀ 6 ਵਜੇ ਸਟਾਰਟ ਹੁੰਦੀ ਆ, ਪਾਰਟੀ 6 ਵਜੇ ਆ, ਤੁਸੀਂ ਆਪਦੇ ਬੱਚੇ ਨੂੰ ਨਾ ਡਰਾ ਕਰ ਦਿਉ, ਕਲੋਕ ਡਰਾ ਕਰ ਦਿਉ, ਅਤੇ ਉਹਨਾਂ ਨੂੰ ਕਹੋ ਕਿ ਇੱਕ ਹੈਗਾ 5:30, 5 ਵਜੇ ਜੇ ਪਾਰਟੀ 6 ਵਜੇ ਸਟਾਰਟ ਹੋ ਜਾਂਦੀ ਆ, ਆਪਾਂ ਕਹਿੰਦਾ 4:45 ਜਾ ਸਕਦੇ ਹਾਂ, ਆਪਾਂ 5 ਵਜੇ ਜਾ ਸਕਦੇ ਹਾਂ, ਜਾਂ ਆਪਾਂ 5:15 ਜਾ ਸਕਦੇ ਹਾਂ। ਤੁਸੀਂ ਟਾਈਮ ਬੱਚੇ ਪਿੱਕ ਕਰੋ ਕਿ ਕਿਹੜੇ ਟਾਈਮ ਆਪਾਂ ਜਾਣਾ, ਇਹਦੇ ਨਾਲ ਬੱਚੇ ਨੂੰ ਇਹ ਮਹਿਸੂਸ ਹੋਊਗਾ ਵੀ ਮੇਰੇ ਕੋਲ ਪਾਵਰ ਹੈ, ਮੈਨੂੰ ਕੋਈ ਡਾਇਰੈਕਸ਼ਨ ਨਹੀਂ, ਆਲ ਦਾ ਟਾਈਮ ਮੈਨੂੰ ਕੋਈ ਡਾਇਰੈਕਸ਼ਨ ਦੇ ਰਿਹਾ, ਆਹ ਕਰ ਲਾ, ਉਹ ਕਰ ਲਾ, ਆਹ ਕਰ ਲਾ, ਉਹ ਕਰ ਲਾ, ਆਹ ਕਰ ਲਾ, ਕਰ ਲਾ। ਜਦੋਂ ਤੁਸੀਂ ਇਸ ਬੱਚੇ ਨੂੰ ਐਵੇਂ ਡਾਇਰੈਕਸ਼ਨ ਦਿੰਦੇ ਹੋ, ਉਹਦੀ ਜਿਹੜੀ ਸੁਣਨ ਦੀ ਕਪੈਸਿਟੀ ਘੱਟ ਜਾਂਦੀ ਹੈ, ਉਹਨੂੰ ਫੀਲ ਕਰਦਾ ਵੀ ਇੱਕ ਪਾਵਰਫੁੱਲ ਆ, ਅਤੇ ਉਹ ਸੋਚਦਾ ਵੀ ਮੇਰੇ ਕੋਲ ਕੋਈ ਪਾਵਰ ਨਹੀਂ। ਐਂਡ ਜਦੋਂ ਬੱਚਾ ਪਾਵਰਫੁੱਲ ਨਹੀਂ ਮਹਿਸੂਸ ਕਰਦਾ ਤਾਂ ਉਹਨੂੰ ਫੀਲ ਹੁੰਦਾ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ, ਫਿਰ ਉਹ ਰਿਐਕਟ ਕਰੂਗਾ, ਫਰਸਟ੍ਰੇਟ ਹੋਊਗਾ। ਇੱਦਾਂ ਹੀ ਆਪਾਂ ਜਿਵੇਂ ਆਪਾਂ ਕੋਈ ਆਪਾਂ ਨੂੰ ਹਰ ਵਾਰੀ ਬੌਸ ਅਰਾਊਂਡ ਕਰਦਾ ਰਹੇ ਅਤੇ ਆਪਾਂ ਸਿਰਫ ਬਸ ਉਹਦੇ ਚਾਪਲੂਸੀ ਜਾਂ ਉਹਦੇ ਚੇਲੇ ਬਣ ਕੇ ਘੁੰਮਦੇ ਰਹੀਏ, ਸਾਨੂੰ ਵੀ ਔਖ ਲੱਗਦੀ ਉਹ ਚੀਜ਼, ਸਾਨੂੰ ਵੀ ਉਹ ਚੀਜ਼ ਔਖ ਲੱਗਦੀ ਆ। ਸੋ ਪਹਿਲਾਂ ਤਾਂ ਇਹ ਚੀਜ਼ ਦੇਖੋ ਕਿ ਆਪਣੇ ਬੱਚੇ ਨੂੰ ਚੋਇਸਿਸ ਦਿਵੋ। ਸੋ ਜਿਵੇਂ ਮੈਂ ਕਿਹਾ ਕਿ ਪਾਰਟੀ 'ਚ ਜੇ ਤੁਸੀਂ 6 ਵਜੇ ਜਾਣਾ, ਆਪਦੇ ਬੱਚੇ ਨੂੰ ਚੋਇਸਿਸ ਕਰੋ ਕਿ ਆਪਾਂ 5:15 'ਤੇ ਘਰੋਂ ਤੁਰ ਸਕਦੇ ਹਾਂ, ਆਪਾਂ 5:00 ਘਰੋਂ ਤੁਰ ਸਕਦੇ ਹਾਂ, ਆਪਾਂ 5:30 'ਤੇ ਘਰੋਂ ਤੁਰ ਸਕਦੇ ਹਾਂ। ਤੁਸੀਂ ਬੱਚੇ ਮੈਨੂੰ ਚੋਇਸ ਦਿਓ, ਤੁਸੀਂ ਮੈਨੂੰ ਦੱਸੋ ਵੀ ਕਿਹੜੇ ਕਿ ਇਹਨਾਂ ਤਿੰਨਾਂ 'ਚੋਂ ਆਪਾਂ ਕਿਹੜੇ ਟਾਈਮ ਘਰੋਂ ਤੁਰਨਾ। ਤੁਸੀਂ ਦੇਖੋ ਜਦੋਂ ਤੁਹਾਡੇ ਬੱਚੇ ਨੂੰ ਪਤਾ ਲੱਗਣ ਲੱਗ ਗਿਆ, ਉਹਨੂੰ ਮਹਿਸੂਸ ਹੋਊਗਾ ਕਿ ਐਕਚੁਅਲੀ ਉਹਨੂੰ ਇਹ ਮਹਿਸੂਸ ਹੋਊਗਾ ਕਿ ਮੇਰੇ ਕੋਲ ਪਾਵਰ ਆ, ਇਹ ਬੰਦਾ ਮੈਨੂੰ ਹਰ ਵੇਲੇ ਡਾਇਰੈਕਸ਼ਨ ਨਹੀਂ ਦੇ ਰਿਹਾ, ਇਹ ਮੇਰੀ ਪੁੱਛ ਵੀ ਰਿਹਾ, ਇਹ ਮੈਨੂੰ ਵੀ ਪੁੱਛ ਰਿਹਾ ਕਿ ਤੇਰੇ ਲਈ ਕਿਹੜਾ ਟਾਈਮ। ਸੋ ਤੁਸੀਂ ਪਰ ਇੱਕ ਅਲੂਜਨ ਕ੍ਰੀਏਟ ਕੀਤੀ, ਕਿਉਂਕਿ ਉਹ ਤਿੰਨੇ ਟਾਈਮ ਤੁਸੀਂ ਦਿੱਤੇ ਵੇ ਆ,
ਪਾਵਰ ਹਜੇ ਵੀ ਤੁਹਾਡੇ ਕੋਲ ਹੈਗੀ ਆ, ਉਹ ਤਿੰਨ ਟਾਈਮ ਤੁਸੀਂ ਦਿੱਤੇ ਵਿਆ, ਪਰ ਉਹ ਤਿੰਨਾਂ ਟਾਈਮਾਂ ਦੇ ਵਿੱਚ ਤੁਹਾਡੇ ਬੱਚੇ ਨੂੰ ਇਹ ਮਹਿਸੂਸ ਹੋ ਰਿਹਾ ਕਿ ਇਹ ਬੰਦਾ ਹਰ ਵੇਲੇ ਮੈਨੂੰ ਡਾਇਰੈਕਸ਼ਨ ਨਹੀਂ ਦੇ ਰਿਹਾ। ਕਿਉਂ? ਕਿਉਂਕਿ ਕਿ ਮੈਨੂੰ ਇਹ ਮੈਨੂੰ ਆਪਦੀ ਪਾਵਰ ਵੀ ਦੇ, ਮੈਨੂੰ ਚੂਜ਼ ਕਰਨ ਦੀ ਪਾਵਰ ਵੀ ਦੇ ਰਿਹਾ ਵਾ। ਸੋ ਜਦੋਂ ਤੁਸੀਂ ਆਪਣੇ ਬੱਚੇ ਨੂੰ ਚੂਜ਼ ਕਰਨ ਦੀ ਪਾਵਰ ਦਿੰਦੇ ਹਾਂ, ਮਾਨਸਿਕ ਤੌਰ 'ਤੇ ਉਹ ਜ਼ਿਆਦਾ ਰਿਜ਼ਿਲੀਅੰਟ ਅਤੇ ਸਟਰੋਂਗ ਬਣਦਾ। ਕਿਉਂ? ਕਿਉਂਕਿ ਉਹਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਮੈਂ ਪਾਵਰਫੁੱਲ ਹਾਂ। ਯੂ ਨੋ, ਜਿਵੇਂ ਤੁਹਾਡਾ ਵੀ ਕੋਈ ਫਰੈਂਡ ਹੋਵੇ, ਉਹ ਤੁਹਾਨੂੰ ਹਮੇਸ਼ਾ ਹਰ ਵਾਰ ਡਾਇਰੈਕਸ਼ਨ ਤੁਸੀਂ ਲਾਈਕ ਨਹੀਂ ਕਰੋਗੇ, ਪਰ ਜਦੋਂ ਉਹਨੂੰ ਕਹੋ ਕਿ ਤੁਸੀਂ ਮੈਨੂੰ ਡਿਸਾਈਡ ਕਰਕੇ ਦੱਸੋ ਟਾਈਮ। ਸੋ ਹਰ ਚੀਜ਼ ਦੇ ਵਿੱਚ ਤੁਸੀਂ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਜੇ ਤੁਸੀਂ ਗੇਮਸ ਦੇ ਵਿੱਚ ਕਿਤੇ ਵੀ ਆਪਣੇ ਬੱਚੇ ਨੂੰ ਪਾਉਣਾ, ਜਾਂ ਤੁਸੀਂ ਪਾਰਕ 'ਚੋਂ ਆਪਣਾ ਬੱਚਾ ਲੈ ਕੇ ਆਉਣਾ ਵਾ, ਜੇ ਤੁਸੀਂ ਆਪਣਾ ਬੱਚਾ ਪਾਰਕ 'ਚੋਂ ਲੈ ਕੇ ਆਉਣਾ, ਯੂ ਨੋ, ਜੇ 6-7 ਸਾਲ ਦੀ ਏਜ ਦੇ ਵਿੱਚ ਆ, ਤੁਸੀਂ ਕਹਿ ਸਕਦੇ ਹੋ ਕਿ ਬੱਚੇ ਆਪਾਂ ਪਾਰਕ ਦੇ ਵਿੱਚੋਂ 6 ਵਜੇ ਆ ਸਕਦੇ ਹਾਂ, 6:15 'ਤੇ ਆ ਜਾ ਸਕਦੇ ਹਾਂ, 5:45 ਆ ਸਕਦੇ ਹਾਂ। ਤੁਸੀਂ ਟਾਈਮ ਚੂਜ਼ ਕਰੋ ਵੀ ਕਿਹੜੇ ਟਾਈਮ ਆ। ਸੋ ਆਪਦੇ ਬੱਚਿਆਂ ਨੂੰ 6-7 ਸਾਲ ਦੀ ਏਜ ਦੇ ਵਿੱਚ ਉਹਨਾਂ ਨੂੰ ਪਾਵਰਫੁੱਲ ਮਹਿਸੂਸ ਕਰਾਉਣਾ ਬੜਾ ਜ਼ਰੂਰੀ ਆ। ਐਂਡ ਪਾਵਰਫੁੱਲ ਉਦੋਂ ਮਹਿਸੂਸ ਕਰਨਗੇ ਜਦੋਂ ਮਹਿਸੂਸ ਕਰਨਗੇ ਵੀ ਅਸੀਂ ਵੀ ਡਿਸੀਜਨ ਕੁਛ ਬਣਾ ਰਹੇ ਹਾਂ ਹਰ ਵੇਲੇ। ਕੋਈ ਇਹ ਨਹੀਂ ਕਿ 25-30-35 ਸਾਲ ਦਾ ਬੰਦਾ ਸਾਨੂੰ ਦੱਸ ਰਿਹਾ ਅਤੇ ਅਸੀਂ ਸਿੰਪਲੀ ਉਹਨੂੰ ਫੋਲੋ ਕਰਨਾ, ਕਿਉਂਕਿ ਉਹ ਬਹੁਤ ਫਰਸਟ੍ਰੇਟਿੰਗ ਪ੍ਰੋਸੈਸ ਹੋ ਜਾਂਦੀ ਆ। ਸੋ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਵੀ ਨਹੀਂ, ਅਸੀਂ ਐਕਟਿਵਲੀ ਪਾਰਟੀਸਪੇਟ ਕਰ ਰਹੇ ਹਾਂ, ਮੈਥੋਂ ਪੁੱਛਿਆ ਜਾ ਰਿਹਾ, ਮੈਨੂੰ 3 ਆਪਸ਼ਨਾਂ ਦਿੱਤੀਆਂ, ਮੈਥੋਂ ਪੁੱਛਿਆ ਜਾ ਰਿਹਾ ਕਿ ਮੈਂ ਘਰੇ ਕਿਸ ਵੇਲੇ ਆਉਣਾ ਜਾਂ ਮੈਂ ਪਾਰਕ 'ਚੋਂ ਕਿਸ ਵੇਲੇ ਆਉਣਾ। ਤੁਸੀਂ ਦੇਖੋ ਕਿ ਇਹ ਚੀਜ਼ ਦੇ ਨਾਲ ਤੁਹਾਡੇ ਬੱਚੇ ਨੂੰ ਬਹੁਤ ਜ਼ਿਆਦਾ ਯੂ ਨੋ, ਉਹਨੂੰ ਪਾਵਰ ਫੀਲ ਹੋਣ ਲੱਗ ਜੂਗੀ। ਉਹਨੂੰ ਇਹ ਫੀਲ ਨਹੀਂ ਹੋਊਗਾ ਕਿ ਕੋਈ ਮੇਰਾ ਬੋਸ ਆ, ਉਹਨੂੰ ਫੀਲ ਹੋਊਗਾ ਕਿ ਮੈਂ ਬੋਸ ਹਾਂ। ਮੈਂ 3 ਟਾਈਮਾਂ ਦੇ ਵਿੱਚ ਉਹਨੂੰ ਤੁਸੀਂ ਕਹਿ ਵੀ ਸਕਦੇ ਹੋ ਕਿ ਗੁੱਡ, ਤੂੰ ਬੋਸ ਆ ਇਸ ਚੀਜ਼ ਦਾ, ਜਦੋਂ ਤੂੰ ਜਾਣਾ ਵਾ ਤੂੰ ਇਹਨਾਂ 3 ਟਾਈਮਾਂ 'ਚੋਂ ਪਿੱਕ ਕਰ ਸਕਦਾ ਵਾ, ਇਹਨਾਂ 3 ਟਾਈਮਾਂ 'ਚੋਂ ਪਿੱਕ ਕਰਕੇ ਅਸੀਂ ਉਹ ਟਾਈਮ। ਸੋ ਇਹਦੇ ਨਾਲ ਤੁਸੀਂ ਉਹਨੂੰ ਪਾਵਰ ਦਿੱਤੀ। ਜਦੋਂ ਇੱਕ ਬੱਚਾ ਪਾਵਰਫੁੱਲ ਫੀਲ ਕਰਦਾ, ਜਦੋਂ ਇੱਕ ਬੱਚਾ ਮਹਿਸੂਸ ਕਰਦਾ ਵੀ ਮੈਨੂੰ ਸੁਣਿਆ ਜਾ ਰਿਹਾ, ਮੇਰੀ ਜੋ ਮੈਂ ਬੋਲਦਾ ਉਹਦੀ ਉਹ ਵੈਲਿਡ ਆ, ਜਾਂ ਯੂ ਨੋ, ਉਹਦੀ ਕੋਈ ਬੁੱਕਤ ਆ, ਤੁਹਾਡਾ ਬੱਚਾ ਆਟੋਮੈਟਿਕਲੀ ਮਾਨਸਿਕ ਤੌਰ 'ਤੇ ਜ਼ਿਆਦਾ ਸਟੇਬਲ ਫੀਲ ਕਰੂਗਾ। ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਊਗੀ। ਨੈਕਸਟ ਵੀਡੀਓ ਮੈਂ ਤੁਹਾਡੀ ਇੱਕ ਫੂਡ 'ਤੇ ਪਾਊਂਗੀ, ਕਿਉਂਕਿ ਇੱਕ ਪੇਰੈਂਟ ਦਾ ਉਹ ਵੀ ਕੁਐਸਚਨ ਆਇਆ ਕਿ ਉਹਨਾਂ ਨੇ ਉਹ ਟਿਫਨ 'ਤੇ ਫੂਡ, ਸਕੂਲ ਦੇ ਵਿੱਚ ਬੱਚਾ ਜਦੋਂ ਫੂਡ ਨਹੀਂ ਖਾਂਦਾ ਗਾ। ਸੋ ਨੈਕਸਟ ਵੀਡੀਓ ਮੈਂ ਉਸ ਫੂਡ 'ਤੇ ਪਾਊਂਗੀ। ਆਈ ਹੋਪ ਇਸ ਵੀਡੀਓ ਨੇ ਤੁਹਾਡੀ ਹੈਲਪ ਕੀਤੀ ਹੋਊਗੀ। ਥੈਂਕ ਯੂ, ਪਲੀਜ਼ ਇਸ ਵੀਡੀਓ ਨੂੰ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਕਰੋ, ਕਿਉਂਕਿ ਜਿੰਨੇ ਵੀ ਜਾਣਿਆਂ ਦੀ ਆਪਾਂ ਹੈਲਪ ਕਰ ਸਕੀਏ। ਮੈਂ ਸਮਝਦੀ ਹਾਂ ਕਿ ਕਈ ਲੋਕਾਂ ਲਈ ਕਾਉਂਸਲਿੰਗ ਆਉਣਾ ਬਹੁਤ ਔਖਾ ਵਾ, ਕਈ ਲੋਕਾਂ ਲਈ ਕਾਉਂਸਲਿੰਗ ਅਫੋਰਡ ਕਰਨਾ ਵੀ ਔਖਾ ਵਾ। ਸੋ ਤੁਸੀਂ ਆਪਦੇ ਇਹ ਉਹਨਾਂ ਪੇਰੈਂਟਸ ਵਾਸਤੇ ਮੈਂ ਪਾਉਣੀ ਹੈ ਕਿ ਤੁਸੀਂ ਆਪਦਾ ਕੁਐਸਚਨ, ਡੀਟੇਲ ਕੁਐਸਚਨ ਆਪਦਾ ਮੈਨੂੰ ਮੈਸੇਜ ਕਰ ਸਕਦੇ ਹੋ। ਐਂਡ ਉਹ ਕੁਐਸਚਨ ਮੈਂ ਤੁਹਾਡਾ ਨਾਮ ਜਾਂ ਕੁਛ ਵੀ ਵੀਡੀਓ 'ਚ ਨਹੀਂ ਯੂਜ਼ ਕੀਤਾ, ਉਹ ਡੀਟੇਲਡ ਜਿਹੜਾ ਤੁਹਾਡਾ ਕੁਐਸਚਨ ਆ ਉਹਨੂੰ ਅਸੀਂ ਆਨਸਰ ਕਰਾਂਗੇ, ਜੋ ਤੁਹਾਡੇ ਬੱਚੇ ਬਾਰੇ ਡੀਟੇਲਡ ਕੁਐਸਚਨ ਆ ਆਨਸਰ ਕਰਾਂਗੇ ਤੁਹਾਡਾ ਇਸ ਦੇ ਵਿੱਚ। ਥੈਂਕ ਯੂ ਸੋ ਮੱਚ।